ਪੰਜਾਬ ਦੀ ਬਠਿੰਡਾ ਲੋਕ ਸਭਾ ਸੀਟ 'ਤੇ ਵੋਟਰਾਂ ਨੇ ਆਪਣਾ ਸ਼ੁਰੂਆਤੀ ਪੇਸ ਬਣਾ ਕੇ ਰੱਖਿਆ। ਇੱਥੇ ਸਭ ਤੋਂ ਜ਼ਿਆਦਾ 67.97 ਯਾਨੀ ਕਿ 68 ਫੀਸਦ ਵੋਟਿੰਗ ਹੋਈ ਹੈ। ਅੱਤ ਦੀ ਗਰਮੀ ਦੇ ਬਾਵਜੂਦ ਇੱਥੇ ਵੋਟਰਾਂ ਨੇ ਵੱਧ ਚੜ੍ਹ ਕੇ ਵੋਟਿੰਗ ਪ੍ਰਕਿਰਿਆ ਦੇ ਵਿੱਚ ਹਿੱਸਾ ਲਿਆ ਅਤੇ ਵੋਟ ਪਾਈ। ਗੁਰਦਾਸਪੁਰ ਦੇ ਵਿੱਚ ਹਾਲਾਂਕਿ ਬਠਿੰਡਾ ਤੋਂ ਘੱਟ ਵੋਟਿੰਗ ਹੋਈ, ਪਰ ਗੁਰਦਾਸਪੁਰ ਅਤੇ ਸੁਜਾਨਪੁਰ ਹਲਕੇ ਦੇ ਵਿੱਚ ਰਿਕਾਰਡ ਵੋਟਿੰਗ ਦਰਜ ਕੀਤੀ ਗਈ। ਸੁਜਾਨਪੁਰ 'ਚ 72 ਫੀਸਦ ਤੋਂ ਜ਼ਿਆਦਾ ਵੋਟਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਸੁਜਾਨਪੁਰ ਨੂੰ ਜ਼ਿਆਦਾਤਰ ਹਿੰਦੂ ਵੋਟ ਬੈਂਕ ਦੇ ਵਜੋਂ ਵੀ ਜਾਣਿਆ ਜਾਂਦਾ ਹੈ, ਜਿੱਥੋਂ ਬੀਜੇਪੀ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ 2007, 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੱਬੂ ਨੇ ਜਿੱਤ ਹਾਸਲ ਕੀਤੀ ਸੀ। ਇੱਥੇ ਇਸ ਵਾਰ ਵੀ ਵੋਟਰਾਂ ਨੇ ਜ਼ਬਰਦਸਤ ਉਤਸ਼ਾਹ ਵਿਖਾਇਆ। ਦਾ ਦਿਨ ਸੀ ਅਤੇ ਪਠਾਨਕੋਟ ਦੇ ਵਿੱਚ ਰਿਕਾਰਡ ਤੋੜ 70 ਫੀਸਦੀ ਜਿਹੜੀ ਉਹ ਵੋਟਿੰਗ ਹੋਈ ਸੀਗੀ, ਜਿਸ ਦੇ ਨਤੀਜੇ ਜਿਹੜੇ ਨੇ 4 ਤਰੀਕ ਨੂੰ ਆਉਣਗੇ। ਸੋ ਇੰਨੀ ਜ਼ਿਆਦਾ ਵੋਟਿੰਗ ਹੋਣ ਤੋਂ ਬਾਅਦ ਹਰ ਕੋਈ ਹੈਰਾਨੀ ਦੇ ਵਿੱਚ ਹੈ ਕਿ 70% ਵੋਟਿੰਗ ਜਿਹੜੀ ਆ ਉਹ ਬਹੁਤ ਜ਼ਿਆਦਾ ਹੋਈ ਹੈ। ਖਾਸ ਕਰ ਕਿਹਾ ਜਾਂਦਾ ਕਿ ਜਿਹੜੇ ਇੰਨੀ ਜ਼ਿਆਦਾ ਵੋਟਿੰਗ ਹੋਈ ਜਿਹੜੀ ਆ ਉਹ ਸੱਤਾ ਧਿਰ ਦੇ ਜਿਹੜਾ ਖਿਲਾਫ ਜਾਂਦੀ ਹੈ, ਪਰ ਦੂਜੇ ਪਾਸੇ ਹਿੰਦੂ ਬੈਲਟ ਵੀ ਕਿਤੇ ਨਾ ਕਿਤੇ ਜਿਹੜਾ ਆ ਜ਼ਿਲ੍ਹਾ ਪਠਾਨਕੋਟ ਵਿੱਚ ਹੋਣ ਕਰਕੇ ਉਹਦਾ ਵੀ ਅਸਰ ਜਿਹੜਾ ਪੈਂਦਾ ਦਿਸ ਰਿਹਾ, ਕਿਉਂਕਿ ਜਿਹੜੇ ਕੈਂਡੀਡੇਟ ਨੇ ਉਹ ਲੋਕਲ ਪਠਾਨਕੋਟ ਤੋਂ ਸੁਜਾਨਪੁਰ ਦੇ ਨੇ ਦਿਨੇਸ਼ ਸਿੰਘ ਬੱਬੂ, ਜੋ ਕਿ ਬੀਜੇਪੀ ਤੋਂ ਚੁਣਾਵ ਲੜ ਰਹੇ ਸੀਗੇ, ਔਰ ਜ਼ਿਲ੍ਹਾ ਪਠਾਨਕੋਟ ਦੇ ਜਿਹੜੇ ਬੈਲਟ ਹੈਗੀ ਆ ਉਹ ਹਿੰਦੂ ਹੋਣ ਕਰਕੇ ਇਹ ਵੀ ਕੈਸਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਹਿੰਦੂ ਵੋਟਰ ਜਿਹੜੇ ਨੇ ਜ਼ਿਆਦਾ ਹੋਣ ਕਰਕੇ ਵੋਟਿੰਗ ਜਿਹੜੀ ਆ ਉਹ ਜ਼ਿਆਦਾ ਹੋਈ ਆ। ਬਠਿੰਡਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ਦੇ ਬਾਅਦ ਸੰਗਰੂਰ ਦੇ ਵੋਟਰਾਂ ਨੇ ਵੋਟਿੰਗ ਪ੍ਰਕਿਰਿਆ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਅੱਜ ਦੀ ਗਰਮੀ ਦੇ ਬਾਵਜੂਦ ਸੰਗਰੂਰ ਦੇ ਵੋਟਰਾਂ ਨੇ ਪੰਜਾਬ ਦੇ ਵੋਟ ਪ੍ਰਤੀਸ਼ਤ ਨੂੰ ਉੱਪਰ ਲੈ ਕੇ ਜਾਣ ਦੇ ਵਿੱਚ ਮਦਦ ਕੀਤੀ। ਸੰਗਰੂਰ ਦੀ ਕਰੀਏ ਤਾਂ ਸੰਗਰੂਰ ਦੇ ਵਿੱਚ ਜਦੋਂ ਇੱਥੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟ ਕੀਤੀ ਤਾਂ ਅੰਮ੍ਰਿਤਸਰ ਦੇ ਵਿੱਚ ਘੱਟ ਵੋਟਿੰਗ ਕਿਉਂ ਹੋਈ, ਇਹ ਵੱਡਾ ਸਵਾਲ ਹੈ। ਇਸ ਦਾ ਜਵਾਬ ਲੋਕਾਂ ਦੀ ਨਿਰਾਸ਼ਾ ਹੈ। ਬੜੀ ਵੈਸੇ ਸ਼ਰਮ ਵਾਲੀ ਗੱਲ ਹੈ ਲੋਕਾਂ ਲਈ ਵੀ, ਜੇ ਅਸੀਂ ਗੱਲ ਕਰੀਏ, ਕਿਉਂਕਿ ਬਿਕੋਜ਼ ਯੂ ਆਰ ਰਾਈਟ, ਵੀ ਗੈਟ ਦਿਸ ਚਾਂਸ ਆਫਟਰ 5 ਈਅਰਸ। ਜੇ ਤੁਹਾਨੂੰ 5 ਸਾਲਾਂ 'ਚ ਕੋਈ ਚੀਜ਼ ਨਹੀਂ ਮਿਲ ਸਕੀ ਕਿਸੇ ਕੋਲੋਂ, ਜਾਂ ਇੰਟੈਂਸ਼ਨਲੀ ਨਹੀਂ ਕੀਤਾ ਗਿਆ, ਜਾਂ ਉਸ ਬੰਦੇ ਕੋਲ ਪਾਵਰ ਘੱਟ ਸੀ ਉਹਦੇ ਕੋਲ ਨਹੀਂ ਕੀਤਾ ਗਿਆ, ਤਾਂ ਦੈਨ ਯੂ ਗੋਟ ਅ ਚਾਂਸ, ਤੁਸੀਂ ਹੁਣ ਚੰਗੇ ਬੰਦੇ ਚੁਣ ਲਵੋ। ਪਰ ਮੈਂ ਇੱਕ ਗੱਲ ਦੱਸਾਂ ਕਿ ਐਤਕੀ ਤੁਹਾਡੀ ਹਿੱਲ ਸਟੇਸ਼ਨ ਸ਼ਨੀ ਐਤਵਾਰ ਵਾਸਤੇ ਪੂਰੇ ਫੁੱਲ ਹੋਏ ਹੋਏ ਸੀ, ਔਰ ਅੰਮ੍ਰਿਤਸਰ 'ਚ 50% ਜੇ ਵੋਟ ਆ, ਅਤੇ ਜੇ ਤੁਸੀਂ ਇਸ ਉਂਗਲ ਦੇ ਨਾਲ ਵੋਟ ਨਹੀਂ ਨਾ ਪਾਈ, ਤਾਂ ਫਿਰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ, ਫਿਰ ਤੁਸੀਂ ਉਂਗਲ ਚੁੱਕਣ ਦੇ ਵੀ ਹੱਕਦਾਰ ਨਹੀਂ ਹੈਗੇ। ਵੋਟ ਪਾਉਣਾ ਹਰ ਵੋਟਰ ਦਾ ਸੰਵਿਧਾਨਿਕ ਅਧਿਕਾਰ ਹੈ, ਉੱਥੇ ਇੱਕ ਫਰਜ਼ ਵੀ ਹੈ, ਅਤੇ ਇਸ ਅਧਿਕਾਰ ਨੂੰ ਛੱਡਣਾ ਵੋਟਰ ਦੇ ਲਈ ਠੀਕ ਨਹੀਂ ਹੈ, ਕਿਉਂਕਿ ਵੋਟ ਨਾ ਦੇਣ 'ਤੇ ਕਿਸੇ ਗਲਤ ਆਦਮੀ ਨੂੰ ਉਹਨਾਂ 'ਤੇ ਸ਼ਾਸਨ ਕਰਨ ਦਾ ਹੱਕ ਮਿਲ ਜਾਂਦਾ ਹੈ। ਚਰਨਜੀਤ ਕੌਸ਼ਲ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18, ਪੰਜਾਬ।